ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਹੋਰ ਜੀ ਕਿਵੇਂ ਹੋ ਸਾਰੇ ਵਧੀਆ ਹੀ ਠੀਕ ਠਾਕ ਹੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਜਾਣੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਦੰਦਿਆਂ ਹੀ ਤੁਹਾਨੂੰ ਅੱਜ ਦੀ ਅਪਡੇਟ ਪਹਿਲਾਂ ਦੇਖ ਦਈਏ ਅੱਜ ਕੇਸ ਕਿੰਨੇ ਐਂਟਰ ਹੋਏ ਆ ਜੀ ਇਟਲੀ ਦੇ ਵਿੱਚ ਤੇ ਤੁਹਾਨੂੰ ਦੱਸ ਦਿੰਦੇ ਆ ਜੀ ਅੱਜ ਜਿਹੜੇ ਕੇਸ ਐਂਟਰ ਹੋਏ ਆ ਜੀ 2153 ਕੇਸ ਐਂਟਰ ਹੋਏ ਆ ਜੀ ਜਿਵੇਂ ਕੇਸ ਹੁਣ ਮੁੜ ਕੇ ਕਿਤੇ 6700 ਥਾਈ ਪਹੁੰਚ ਚੁੱਕੇ ਤੇ ਵੀ ਜਿਹੜੇ ਇੰਨੇ ਕੁ ਕੇਸ ਆਉਂਦੇ ਸੀਗੇ ਤੇ ਹੁਣ ਮੁੜ ਕੇ ਜਿਹੜੇ ਕੇਸ ਆਈ ਇਹ ਫੇਰ ਵਧੇ ਆ 2153 ਕੇਸ ਐਂਟਰ ਹੋਏ ਆ ਤੇ ਜਿਹੜੀ ਅੱਜ ਡੈਥ ਹੋਈ ਹੈ 23 ਜਣਿਆਂ ਦੀ ਅੱਜ ਡੈਥ ਹੋਈ ਆ ਤੇ ਜਿਹੜੇ ਠੀਕ ਹੋਏ ਆਈ 1079 ਬੰਦਾ ਠੀਕ ਹੋਇਆ ਜੇ ਇਟਲੀ ਦੇ ਵਿੱਚ ਤੇ ਐਕਟਿਵ ਕੇਸਾਂ ਦੀ ਗੱਲ ਕਰੀਏ ਤਾਂ ਜਿਹੜੇ ਐਕਟਿਵ ਕੇਸ ਆਈ ਉਹ ਹੈਗੇ ਆ 41700 ਐਕਟਿਵ ਕੇਸ ਆ ਹਜੇ ਇਟਲੀ ਦੇ ਵਿੱਚ ਤੇ 150 151 ਜਿਹੜੇ ਹੈਗੇ ਆ ਇਸ ਸੀਰੀਅਸ ਕੰਡੀਸ਼ਨ ਦੇ ਵਿੱਚ ਆ ਜੇ ਕੱਲ ਦੇ ਸਾਬਨਾ ਦੇਖੀਏ ਤਾਂ ਹੀ ਕੱਲ 1500 ਦੇ ਨੇੜੇ ਤੇੜੇ ਜਿਹੜੇ ਕੇਸ ਆਏ ਸੀਗੇ ਤੇ ਅੱਜ 2100 ਕੇਸ 2153 ਕੇਸ ਆਏ ਆ ਤੇ 6700 ਕੇਸ ਵਧਿਆ ਵੀ ਜਿਵੇਂ ਹੁਣ ਥੋੜੀ ਜੀਆਂ ਵੀ ਇਹਨਾਂ ਨੇ ਸ਼ੂਟ ਦਿੱਤੀ ਹੈਈ ਆਪਾਂ ਨੂੰ ਪਾਬੰਦੀਆਂ ਹਟਾਈਆਂ ਤਾਂ ਹੀ ਹੁਣ ਜੜੀਆਂ ਲੋਕਾਂ ਦੇ ਬਾਹਰ ਅੰਦਰ ਘੁੰਮਣੇ ਫਿਰਨੇ ਕਰਕੇ ਵੀ ਜਿਵੇਂ ਹੁਣ ਟੂਰਿਸਟ ਦਾ ਜਿਵੇਂ ਹੁਣ ਆਪਾਂ ਮਾਰੀਆਂ ਤੇ ਜਾਂਦੇ ਆ ਤਾਂ ਉਹ ਸਾਬ ਨਾਲ ਵੀ ਇਹ ਦੇਖਦੇ ਆ ਵੀ ਕੇਸ ਜਿਹੜੇ ਹੈਗੀਆਂ ਇਹੋ ਵੱਧ ਸਕਦੇ ਤੇ ਪਰ ਉਹ ਗੱਲ ਹੁਣ ਸਾਬਤ ਹੋ ਰਹੀ ਹੈਈ ਕੋਈ ਨਾ ਕੋਈ ਹੁਣ ਸਰਕਾਰ ਜਿਹੜਾ ਸਟੈਪ ਜ਼ਰੂਰ ਲਾਊਗੀ ਕਿਉਂਕਿ ਜਿਹੜੇ ਅੱਜ ਕੇਸ ਵਧ ਆਏ ਆਈ ਅੱਜ ਕਾਫੀ ਜ਼ਿਆਦਾ ਕੇਸ ਜਿਹੜੇ ਵਧੇ ਆਈ ਪਿਛਲੇ ਦਿਨਾਂ ਦੇ ਨਾਲੋਂ ਤੇ ਯੂਕੇ ਦੀ ਗੱਲ ਕਰੀਏ ਤਾਂ ਇਹ ਯੂਕੇ ਦੇ ਵਿੱਚ ਤਾਂ ਹੀ ਅਜੇ ਰਿਕਾਰਡ ਹੀ ਟੁੱਟ ਗਿਆ ਵੀ ਇੰਨੇ ਜਿਹੜੇ ਕੇਸ ਹੀ ਮੁੜ ਕੇ ਵਧੇ ਆ ਅੱਜ 42302 ਜਿਹੜੇ ਕੇਸ ਨਵੇਂ ਕੇਸ ਸੈਂਟਰ ਹੋਏ ਆਈ ਮੁੜ ਕੇ ਜਿਵੇਂ ਕਿ ਕਿਤੇ 2018 ਸੌ ਤਾਂ ਹੀ ਜਿਹੜੇ ਕੇਸ ਕਏ ਹੋਏ ਸੀਗੇ ਜੀ ਹੁਣ ਮੁੜ ਕੇ ਫੇਰ ਜਿਹੜੇ 42302 ਕੇਸ ਆਏ ਆਈ ਯੂਕੇ ਦੇ ਵਿੱਚ ਅੱਜ ਤੇ ਜਿਹੜੇ ਡੈਥ ਹੋਈ ਆਈ ਜਿਨ੍ਹਾਂ ਦੀ ਉਹ ਹੋਏ ਆਈ 49 ਬੰਦਿਆਂ ਦੀ ਅੱਜ ਡੈਥ ਹੋਈ ਆ ਤੇ ਟੋਟਲ ਡੈਥ ਦੀ ਗੱਲ ਕਰੀਏ 128530 ਬੰਦੇ ਦੀ ਡੈਥ ਹੋ ਚੁੱਕੀ ਆ ਤੇ ਜਿਹੜੇ ਠੀਕ ਹੋਣਾਂ ਦੀ ਅਪਡੇਟ ਆਈ ਉਹ ਹਜੇ ਚੜੀ ਨਹੀਂ ਹੈਗੀ ਤੇ ਗੱਲ ਕਰੀਏ ਆਪਾਂ ਅੱਜ ਹੁਣ ਐਕਟਿਵ ਕੇਸ ਜਿਹੜੇ ਆ ਇਹ ਉਹ ਵੀ ਇਹਨਾਂ ਦੇ ਵਧੇ ਆ 737000 105 ਜਿਹੜੇ ਐਕਟਿਵ ਕੇਸ ਆ ਜਿਹੜੇ ਸੀਰੀਅਸ ਕੰਡੀਸ਼ਨ ਦੇ ਵਿੱਚ ਆ ਇਹੋ ਹੈਗੇ 417 ਬੰਦਾ ਯੂਕੇ ਦੇ ਵਿੱਚ ਸੀਰੀਅਸ ਕੰਡੀਸ਼ਨ ਦੇ ਵਿੱਚ ਆ ਤੇ ਸਰਕਾਰ ਦਾ ਕਹਿਣਾ ਵੀ ਜਿਹੜੇ ਆਉਣ ਵਾਲੇ ਵੀਕਾਂ ਦੇ ਵਿੱਚ ਜਿਵੇਂ ਹੀ ਅੱਜ 42302 ਕੇਸ ਸੈਂਟਰ ਹੋਏ ਆ ਨਵੇਂ ਕੇਸ ਆਏ ਆ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਇਹ ਕੇਸਾਂ ਦੀ ਗਿਣਤੀ ਆਈ 1 ਲੱਖ ਤੱਕ ਜਾ ਸਕਦੀ ਪਾੜ ਡੇ ਦੇ ਵਿੱਚ ਵੀ 1 ਲੱਖ ਤੱਕ ਜਿਹੜੇ ਨਿਊ ਕੇਸ ਆ ਸਕਦੇ ਆ ਵੀ ਜਿਹੜੀ ਇੰਨੀ ਜ਼ਿਆਦਾ ਹੀ ਹੁਣ ਡੈਲਟਾ ਵੈਰੀਐਂਟ ਜਿਹੜਾ ਇਹ ਵਾਇਰਸ ਆ ਉਹਦੇ ਕੇਸ ਜ਼ਿਆਦਾ ਆ ਰਹੇ ਆ ਤੇ ਜਿਵੇਂ 19 ਜੁਲਾਈ ਤੋਂ ਥੋੜੀ ਬਹੁਤੀ ਸ਼ੂਟ ਮਿਲ ਸਕਦੀ ਤੀ ਹੁਣ ਉਹ ਤੇ ਦੇਖਦੇ ਆਂ ਕਿ ਆ ਗਵਰਨਮੈਂਟ ਡਿਸੀਜਨ ਲੰਦੀ ਆ ਤੇ ਹੁਣ ਇਸ ਤੋਂ ਬਾਅਦ ਚਲਦੇ ਆਂ ਜੀ ਨੈਕਸਟ ਜਿਹੜੀ ਅਗਲੀ ਖਬਰ ਦੇ ਬਲ ਜਿਹੜੀ ਅਗਲੀ ਖਬਰ ਆਈ ਉਹ ਹੈਗੀ ਆ ਫਰਾਂਸ ਤੋਂ ਤੇ ਫਰਾਂਸ ਦੇ ਵਿੱਚ ਵੀ ਹੁਣ ਇਦਾਂ ਕਰ ਦਿੱਤਾ ਗਿਆ ਜਿਵੇਂ ਹੁਣ ਗ੍ਰੀਨ ਪਾਸ ਨੂੰ ਲੈ ਕੇ ਵੀ ਜਿਹੜਾ ਗ੍ਰੀਨ ਪਾਸ ਆਈ ਉਹ ਉੱਥੇ ਕੰਪਲਸਰੀ ਕਰ ਦਿੱਤਾ ਹੈ ਜਿਵੇਂ ਆਪਾਂ ਐਂਟਰੀ ਕਰਨੀ ਹੈ ਕਿਸੇ ਸ਼ਾਪ ਦੇ ਵਿੱਚ ਜਿਵੇਂ ਆਪਾਂ ਲਾ ਲਈਏ ਬਾ ਰੈਸਟੋਰੈਂਟ ਤਾਂ ਇਹਨਾਂ ਦੇ ਵਿੱਚ ਚ ਡਿਸਕੋ ਦੇ ਵਿੱਚ ਐਂਟਰੀ ਕਰਨੀ ਆ ਵੀ ਉਹ ਉੱਥੇ ਜਿਹੜਾ ਤੁਹਾਡੇ ਆ ਗ੍ਰੀਨ ਪਾਸ ਹੋਣਾ ਚਾਹੀਦਾ ਹੈ ਤੇ ਇਦਾਂ ਹੀ ਹੁਣ ਇਟਲੀ ਵਾਲੇ ਵੀ ਇਦਾਂ ਹੀ ਸੋਚ ਰਹੇ ਆ ਵੀ ਜਿਹੜਾ ਗ੍ਰੀਨ ਪਾਸ ਆਈ ਉਹ ਆਪਣੇ ਲਈ ਕੰਪਲਸਰੀ ਹੋ ਸਕਦਾ ਜਿਵੇਂ ਕੰਪਲਸਰੀ ਹੋ ਸਕਦਾ ਵੀ ਜਿਵੇਂ ਆਪਾਂ ਨੇ ਐਂਟਰੀ ਕਰਨੀ ਹੈ ਜਿਵੇਂ ਰੈਸਟੋਰੈਂਟ 바ਰ ਜਿਵੇਂ ਹੁਣ ਕੇਸ ਵੱਧ ਦੇ ਨਜ਼ਰ ਆ ਰਹੇ ਆਈ ਖੁਸ਼ ਇਹ ਇਦਾਂ ਦਾ ਸਟੈਪ ਲੈ ਸਕਦੇ ਆ ਗ੍ਰੀਨ ਪਾਸ ਨੂੰ ਲੈ ਕੇ ਕਿਉਂਕਿ ਜਿਹੜੇ ਲੋਕ ਹਜੇ ਵੀ ਇਦਾਂ ਦੇ ਇਟਲੀ ਦੇ ਵਿੱਚ ਵੀ ਇਦਾਂ ਦੇ ਲੋਕ ਹੈਗੇ ਆ ਵੀ ਜਿਹੜੇ ਝਿਜਕ ਰਹੇ ਆਈ ਵੈਕਸੀਨ ਲਵਾਉਣ ਤੋਂ ਕਿਉਂਕਿ ਕੁਝ ਜਿਹੜੇ ਕੇਸ ਸਾਹਮਣੇ ਆਏ ਸੀਗੇ ਪਹਿਲਾ ਡੈਥਾਂ ਹੋਈਆਂ ਹੀ ਵੈਕਸੀਨ ਲੱਗਣ ਦੇ ਕਰਕੇ ਪਰ ਉਹ ਥੋੜੀ ਬਹੁਤੀ ਚਲੋ ਇਹ ਉਸ ਟਾਈਮ ਜਿਹੜੀ ਵੈਕਸੀਨੇਸ਼ਨ ਨਮਾ ਨਮਾ ਕੰਮ ਸੀਗਾ ਜਦੋਂ ਵੈਕਸੀਨੇਸ਼ਨ ਲੱਗਣ ਲੱਗੀ ਸੀਗੀ ਤੇ ਮਾੜੀ ਮੋਟੀ ਜਿਹੜੀ ਪ੍ਰੋਬਲਮ ਆਈ ਸੀਗੀ ਸਾਹਮਣੇ ਤੇ ਬਾਕੀ ਇਦਾਂ ਦੀ ਕੋਈ ਡਰਨੇ ਦੀ ਲੋੜ ਨਹੀਂ ਹੈਗੀ ਵੀ ਜੇ ਹੁਣ ਆਪਾਂ ਹੀ ਵੈਕਸੀਨ ਦੀ ਡੇਟ ਹੁਣ ਆਪਾਂ ਚੱਕਦੇ ਹਾਂ ਤਾਂ ਇਹ 2 2 3 3 ਮਹੀਨੇ ਦੀ ਹੁਣ ਡੇਟ ਮਿਲਦੀ ਹੈ ਜੀ ਇੰਨੀ ਜ਼ਿਆਦਾ ਹੁਣ ਪੈਂਡਿੰਗ ਦੇ ਵਿੱਚ ਪਾ ਰਹੇ ਹਾਂ ਇੰਨੇ ਲੋਕ ਹੁਣ ਵੈਕਸੀਨ ਲਗਵਾਉਣੀ ਚਾਹੁੰਦੇ ਆ ਕਿਉਂਕਿ ਯੂਰਪ ਦੇ ਵਿੱਚ ਹੁਣ ਗ੍ਰੀਨ ਪਾਸ ਜੀ ਜ਼ਰੂਰੀ ਕਰ ਦਿੱਤਾ ਹੈ ਜੀ ਕਈ ਕੰਟਰੀਆਂ ਨੇ ਜਿਵੇਂ ਮਾਲਟਾ ਕੰਟਰੀ ਦੀ ਗੱਲ ਕਰੀਏ ਤਾਂ ਹੀ ਉਹਨਾਂ ਨੇ ਹੁਣ ਗ੍ਰੀਨ ਪਾਸ ਦੇ ਨਾਲ ਐਂਟਰੀ ਪਹਿਲਾਂ ਉਹ ਕਹਿੰਦੇ ਸੀਗੇ ਵੀ ਜੇ ਗ੍ਰੀਨ ਪਾਸ ਆਈ ਫਿਰ ਉਹ ਐਂਟਰੀ ਦੇਣਗੇ ਵੀ ਜੇ ਤੁਹਾਡੇ ਉਹ ਗ੍ਰੀਨ ਪਾਸ ਹੈਗਾ ਫਿਰ ਤੁਸੀਂ ਮਾਲਟਾ ਕੰਟਰੀ ਦੇ ਵਿੱਚ ਜਾ ਸਕਦੇ ਆ ਤੇ ਹੁਣ ਪਰ ਉਹਨਾਂ ਦੇ ਨਾਲ ਹੁਣ ਮਾਲਟਾ ਕੰਟਰੀ ਵਾਲਿਆਂ ਨੇ ਇਹ ਵੀ ਕਰਤਾ ਇਹ ਵੀ ਜਿਵੇਂ ਹੁਣ ਜੇ ਤੁਹਾਡੇ ਪਾ ਟੈਸਟ ਵੀ ਕਰਵਾਇਆਈ ਤੁਸੀਂ ਤਾਂ ਵੀ ਤੁਸੀਂ ਜਾ ਸਕਦੇ ਆਈ ਉੱਥੇ ਐਂਟਰੀ ਕਰ ਸਕਦੇ ਆ ਪਰ ਪਹਿਲਾਂ ਜਿਹੜਾ ਕੱਲਾਈ ਗ੍ਰੀਨ ਪਾਸ ਵਾਲਾ ਬੰਦਾ ਹੀ ਜਾ ਸਕਦਾ ਸੀਗਾ ਤੇ ਉਹਦੇ ਕਰਕੇ ਹੀ ਹੁਣ ਗ੍ਰੀਨ ਪਾਸ ਜ਼ਰੂਰੀ ਹੋਣ ਕਰਕੇ ਤਾਂ ਹੀ ਹੁਣ ਵੈਕਸੀਨੇਸ਼ਨ ਦਾ ਜਿਹੜਾ ਟਰੀਟਮੈਂਟ ਜਿਵੇਂ ਲੋਕੀ ਵੈਕਸੀਨੇਸ਼ਨ ਦੇ ਵੱਲ ਹੁਣ ਜ਼ਿਆਦਾ ਹੋ ਗਏ ਤੇ ਹੁਣ ਕਾਫੀ ਹੱਦ ਤੱਕ ਜਿਹੜੀ ਵੈਕਸੀਨੇਸ਼ਨ ਦਾ ਪ੍ਰੋਸੈਸ ਹੈ ਉਹ ਇਟਲੀ ਦੇ ਵਿੱਚ ਹੋ ਵੀ ਚੁੱਕੇ ਆ ਤੇ ਇਸ ਤੋਂ ਬਾਅਦ ਹੀ ਗੱਲ ਕਰੀਏ ਆਪਾਂ ਯੂ ਐਸ ਏ ਦੀ ਤੇ ਯੂ ਐਸ ਏ ਦੇ ਵਿੱਚ ਹੁਣ ਜਿਵੇਂ ਸਕੂਲਾਂ ਦੇ ਵਿੱਚ ਦੱਸਿਆ ਜਾ ਰਿਹਾ ਹੈ ਵੀ ਜਿਹੜੇ ਟੀਚਰ ਵਗੈਰਾ ਹੈ ਤਾਂ ਉਹਨਾਂ ਦੀ ਜਿਹੜੀ ਵੈਕਸੀਨੇਸ਼ਨ ਦਾ ਜਿਹਨਾਂ ਤੇ ਪ੍ਰੋਸੈਸ ਕੰਪਲੀਟਲੀ ਹੋ ਚੁੱਕੇ ਆ ਵੀ ਦੋ ਹੀ ਡੋਜ਼ਾਂ ਲੱਗ ਚੁੱਕੀਆਂ ਤਾਂ ਹੀ ਉਹਥੇ ਉਹ ਮਾਸਕ ਤੋਂ ਉਹਨਾਂ ਨੂੰ ਛਡਕਾਰਾ ਮਿਲ ਸਕਦਾ ਤੇ ਅੱਜ ਜੀ ਆਪਾਂ ਅੱਜ ਦੀ ਤੁਹਾਨੂੰ ਰਿਪੋਰਟ ਦਈਏ ਤਾਂ ਇਹ ਯੂਐਸਏ ਦੀ ਕਿਤੇ ਯੂਐਸਏ ਦੇ ਵਿੱਚ ਹਜ਼ਾਰਾਂ ਦੇ ਸਾਬ ਲੱਖਾਂ ਦੇ ਸਾਬ ਨਾਲੀ ਪਰ ਡੇ ਦੇ ਸਾਬ ਨਾਲਾ ਕੇਸ ਆਉਂਦੇ ਸੀ ਇਹ ਤਾਂ ਉਹਨਾਂ ਨੇ ਕਾਫੀ ਹੱਦ ਤੱਕ ਜਿਹੜਾ ਹੀ ਕੰਟਰੋਲ ਕੀਤਾ ਤੇ ਅੱਜ ਜਿਹੜੇ ਹਲੇ ਤੱਕ ਹੀ ਕੇਸ ਆਏ ਆ ਤਾਂ ਇਹ ਸਿਰਫ 118 ਕੇਸ ਯੂਐਸਏ ਦੇ ਵਿੱਚ ਐਂਟਰ ਹੋਏ ਆ ਤੇ ਜਿਹੜੀ ਉਹਦੇ ਡੈਥ ਹੋਈ ਹੈ ਅੱਜ 20 ਲੋਕਾਂ ਦੀ ਡੈਥ ਹੋਈ ਹੈ ਯੂਐਸਏ ਦੇ ਵਿੱਚ ਕੋਵਿਡ ਦੇ ਕਰਕੇ ਤਾਂ ਉਹ ਗਿਣਤੀ ਹੈਗੀ ਹੈ ਜੀ ਬਾਈ ਲੋਕਾਂ ਦੀ ਹੁਣ ਤੱਕ ਹੀ ਡੈਥ ਹੋਈ ਆ ਪਰ ਜਿਹੜਾ ਇਹ ਕਨਫਰਮ ਅਪਡੇਟ ਆਈ ਇਹ ਹਜੇ ਜਿਵੇਂ ਚੇਂਜ ਹੁੰਦੀ ਰਹਿੰਦੀ ਆ ਤੇ ਕਾਫੀ ਹੱਦ ਤੱਕ ਹੀ ਇਹਨਾਂ ਨੇ ਕੰਟਰੋਲ ਕੀਤਾ ਵੀ ਜਿਹੜੇ ਹੁਣ ਨਿਊ ਕੇਸ ਆ ਜਿਹੜੇ ਆ ਰਹੇ ਸੀਗੇ ਵੀ ਕਾਫੀ ਹੱਦ ਤੱਕ ਜਿਹੜੇ ਕੇਸ ਘਟ ਚੁੱਕੇ ਆ ਯੂ ਐਸ ਏ ਦੇ ਵਿੱਚ ਵੀ ਤੇ ਜਿਹੜੇ ਠੀਕ ਹੋਏ ਆ ਇਹ ਉਹਨਾਂ ਦੀ ਹੈਗੀਆਂ 229 ਬੰਦਾ ਠੀਕ ਹੋਏ ਆ ਤੇ ਐਕਟਿਵ ਕੇਸ ਹਜੇ ਤੱਕ ਹੀ ਯੂ ਐਸ ਏ ਦੇ ਵਿੱਚ ਕਾਫੀ ਜ਼ਿਆਦਾ ਹਜੇ ਐਕਟਿਵ ਕੇਸ ਹੈਗੇ ਆ 48 ਲੱਖ ਤੋਂ ਕ੍ਰੋਸ ਹੀ ਐਕਟਿਵ ਕੇਸ ਹੈਗੀਆਂ ਇਹ 48 ਲੱਖ ਤੋਂ ਜ਼ਿਆਦਾ ਹੈ ਜਿਹੜੇ ਐਕਟਿਵ ਕੇਸ ਤੇ ਇਹਦੇ ਨਾਲ ਤੁਹਾਨੂੰ ਇੰਡੀਆ ਦੀ ਅਪਡੇਟ ਦਈਏ ਤਾਂ ਇੰਡੀਆ ਦੇ ਵਿੱਚ ਹੁਣ ਤੱਕ ਹੀ 36390 ਜਿਹੜੇ ਕੇਸ ਆਏ ਆਈ ਜਿਹੜੇ ਨਿਊ ਕੇਸ ਆ ਤੇ ਜਿਹੜੀ ਡੈਥ ਹੋਈ ਆਈ ਉਹ 499 ਬੰਦੇ ਦੀ ਡੈਥ ਹੋਈ ਹੈ ਤੇ ਠੀਕ ਹੋਣਰ ਦੀ ਗਿਣਤੀ ਹੈਗੀ 32501 ਬੰਦਾ ਹੀ ਠੀਕ ਹੋ ਚੁੱਕੇ ਆ ਤੇ ਐਕਟਿਵ ਕੇਸ ਹੈਗੀਆਂ ਜੀ ਇੰਡੀਆ ਦੇ ਵਿੱਚ 439000 814 ਜਿਹੜੇ ਐਕਟਿਵ ਕੇਸ ਆਈ ਇੰਡੀਆ ਦੇ ਵਿੱਚ ਤੇ ਇਹਦੇ ਨਾਲ ਹੀ ਆਪਾਂ ਗੱਲ ਕਰੀਏ ਵੀ ਜਿਹੜੇ ਵੀਰਾਂ ਦੇ ਹੁਣ ਪੇਪਰ ਨਿਕਲੇ ਆ ਆਪਣੇ ਜਿਵੇਂ ਕੱਲ ਦੀ ਵੀਡੀਓ ਦੇ ਵਿੱਚ ਦੱਸਿਆ ਸੀਗਾ ਵੀ ਜਿਹੜੇ ਆਪਾਂ ਨੂੰ ਕਾਫੀ ਜ਼ਿਆਦਾ ਮੈਸੇਜ ਆਏ ਆਈ ਵੀਰਾਂ ਦੇ ਵੀ ਜਿਨ੍ਹਾਂ ਦੇ ਪੇਪਰ ਨਿਕਲੇ ਆ ਜਿਹੜੇ ਕਾਫੀ ਜ਼ਿਆਦਾ ਸਵਾਲ ਹੁੰਦੇ ਆ ਇਹੋ ਪੇਪਰਾਂ ਤੇ ਹੁੰਦੇ ਆ ਵੀ ਜਿਹੜੇ ਸੀਜਨ ਵਾਲੇ ਪੇਪਰ ਆਈ ਇਹੋ ਕਾਫੀ ਜ਼ਿਆਦਾ ਭਰਾਵਾਂ ਨੇ ਆਪਾਂ ਨੂੰ ਮੈਸੇਜ ਕੀਤੇ ਆ ਜਿਹੜੇ ਤੁਸੀਂ ਸਕਰੀਨ ਤੇ ਦੇਖ ਵੀ ਸਕਦੇ ਆ ਇਹਨਾਂ ਨੂੰ ਜਿਵੇਂ ਕੱਲ੍ਹ ਵਾਲੀ ਵੀਡੀਓ ਦੇ ਵਿੱਚ ਪੁੱਛ ਵੀ ਸਕਦੇ ਆ ਇੱਕ ਦੋ ਜਿਹੜੇ ਵੀਰ ਹੈਗੇ ਆਂ ਆਪਣੇ ਬਰੋਨੇ ਤੋਂ ਵੀ ਹੈਗੇ ਆਂ ਜਿਨ੍ਹਾਂ ਦੇ ਪੇਪਰ ਨਿਕਲੇ ਆਈ ਉਹਨਾਂ ਨੂੰ ਮੁਬਾਰਕਾਂ ਹੀ ਵੀਰਾਂ ਨੂੰ ਤੇ ਤੁਸੀਂ ਆਪਣੀ ਵੀਡੀਓ ਦੇ ਥੱਲੇ ਕਮੈਂਟ ਕੀਤਾ ਤਾਂ ਕਿ ਹੁਣ ਹੋਰ ਜਿਹੜੇ ਭਰਾਵਾਂ ਆਈ ਉਹਨਾਂ ਨੂੰ ਵੀ ਆਸ ਹੋ ਜੂਗੀ ਵੀ ਸਾਡੇ ਵੀ ਪੇਪਰ ਜਿਹੜੇ ਛੇਤੀਓ ਨੰਬਰ ਲੱਗ ਸਕਦਾ ਜੀ ਤੁਹਾਨੂੰ ਵੀ ਥੋੜੀ ਜਿਹੀ ਵੇਟ ਕਰੋ ਜੀ ਥੋੜਾ ਜਿਹਾ ਸਬਰ ਰੱਖਣਾ ਪੈਂਦਾ ਤਾਂ ਫਲ ਮਿਲ ਜਾਂਦਾ ਤੇ ਅੱਜ ਦੀ ਜਿਹੜੀ ਆਪਣੀ ਵੀਡੀਓ ਸੀਗੀ ਤਾਂ ਇਹੋ ਇੰਨੀ ਕੀ ਸੀਗੀ ਤੇ ਮਿਲਦੇ ਆਈ ਆਪਾਂ ਫਿਰ ਤੁਹਾਨੂੰ ਕੱਲ ਦੀ ਅਪਡੇਟ ਦੇ ਨਾਲ ਹੀ ਅਗਲੀ ਵੀਡੀਓ ਦੇ ਵਿੱਚ ਦੇ ਚੈਨਲ ਤੇ ਨਵੇਂ ਆਈ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਹੈਗਾ ਤਾਂ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਤਾਂ ਕਿ ਜਿਹੜੀ ਤੁਹਾਨੂੰ ਹਰੇਕ ਵੀਡੀਓ ਦੀ ਨੋਟੀਫਿਕੇਸ਼ਨ ਮਿਲ ਸਕੇ ਤੇ ਵੀਡੀਓ ਵਧੀਆ ਲੱਗੀ ਤਾਂ ਹੀ ਲਾਈਕ ਤੇ ਸ਼ੇਅਰ ਵੀ ਜਰੂਰ ਕਰੇ ਕਰੋ ਠੀਕ ਹੈ ਜੀ ਫਿਰ ਮਿਲਦੇ ਆਈ ਆਪਾਂ ਤੁਹਾਨੂੰ ਕੱਲ ਦੀ ਵੀਡੀਓ ਦੇ ਵਿੱਚ ਅਗਲੀ ਅਪਡੇਟ ਦੇ ਨਾਲ ਹਾਂਜੀ ਜੇ ਤੁਸੀਂ ਬਲੌਗਿੰਗ ਚੈਨਲ ਆਈ ਆਪਣਾ ਦੂਸਰਾ ਚੈਨਲ ਜਿਹੜਾ ਸਬਸਕ੍ਰਾਈਬ ਨਹੀਂ ਕਰਿਆ ਹੈਗਾ ਜਿਹਦੇ ਤੇ ਆਪਾਂ ਹੀ ਡੇਲੀ ਲਾਈਫ ਬਲੌਗ ਵਗੈਰਾ ਟਰੈਵਲ ਬਲੌਗ ਪਾਉਂਦੇ ਆ ਤਾਂ ਉਹਨੂੰ ਸਬਸਕ੍ਰਾਈਬ ਕਰ ਲਿਓ ਵੀ ਉਹਦਾ ਲਿੰਕ ਚੈਨਲ ਦਾ ਤੁਹਾਨੂੰ ਥੱਲੇ ਕਮੈਂਟਾਂ ਦੇ ਵਿੱਚ ਮਿਲ ਜੂਗਾ ਜੇ ਤੁਹਾਨੂੰ ਵੀਡੀਓ ਵਧੀਆ ਲੱਗੀਆਂ ਤਾਂ ਹੀ ਆਪਣੀ ਸਪੋਰਟ ਜ਼ਰੂਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਹਰੇਕ ਵੀਡੀਓ ਦੇ ਲਈ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲਿਓ ਕਿਉਂਕਿ ਉਹਦੇ ਤੇ ਆਪਾਂ ਹੀ ਰੈਗੂਲਰ ਵੀਡੀਓ ਨਹੀਂ ਪਾਉਂਦੇ ਹੈਗੇ ਵੀ ਹਫ਼ਤੇ ਦੇ ਵਿੱਚ ਕਦੀ ਵੀਡੀਓ ਪਾਉਂਦੇ ਆ ਤੇ ਉਹਦੇ ਕਰਕੇ ਤੁਹਾਨੂੰ ਨੋਟੀਫਿਕੇਸ਼ਨ ਮਿਲ ਜੂਗੀ ਜੇ ਤੁਸੀਂ ਬੈਲ ਆਈਕਨ ਨੂੰ ਨਾਲ ਪ੍ਰੈਸ ਕੀਤਾ ਹੋਊਗਾ ਤੇ ਬੈਲ ਆਈਕਨ ਨੂੰ ਨਾਲ ਪ੍ਰੈਸ ਕਰ ਲਿਓ ਤੇ ਚੈਨਲ ਤੇ ਜਾ ਕੇ ਜਰੂਰ ਵਿਜ਼ਿਟ ਕਰਿਓ